ਇੱਕ ਧਿਰ ਜਿਹੜੀ ਕਹਿ ਰਹੀ ਆ ਕਿ ਕਿਸਾਨਾਂ ਨੂੰ ਹਰ ਹਾਲਤ ਵਿੱਚ ਚੋਣਾਂ ਦੇ ਵਿੱਚ ਭਾਗ ਲੈਣਾ ਚਾਹੀਦਾ, ਇੱਕ ਧਿਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਹਾਲਤ ਵਿੱਚ ਚੋਣਾਂ 'ਚ ਭਾਗ ਨਹੀਂ ਲੈਣਾ ਚਾਹੀਦਾ। ਇਹ ਮੁੱਦਾ ਅਸਲ 'ਚ ਬਹੁਤ ਗੰਭੀਰ ਵਿਚਾਰ ਦੀ ਮੰਗ ਕਰਦਾ ਹੈ, ਕਿਉਂਕਿ ਆਉਣ ਵਾਲੇ ਸਾਲ ਕੋਈ ਅੱਜ ਤੋਂ 6 ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਅਤੇ UP ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ, ਅਤੇ ਇਹਨਾਂ ਦੋਹਾਂ ਇਲਾਕਿਆਂ ਦੇ ਵਿੱਚ ਕਿਸਾਨਾਂ ਦਾ ਖਾਸਾ ਦਬਦਬਾ ਹੈ। ਉਸ ਸਥਿਤੀ ਦੇ ਵਿੱਚ ਇਹ ਬਹਿਸ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਭਖੇਗੀ। ਤਾਂ ਹੁਣ ਆਪਾਂ ਵਿਚਾਰ ਕਰੀਏ ਕਿ ਕੀ ਕਿਸਾਨਾਂ ਨੂੰ ਚੋਣਾਂ ਵਿੱਚ ਭਾਗ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ। ਜਿਹੜੀ ਧਿਰ ਕਹਿ ਰਹੀ ਆ ਕਿ ਕਿਸਾਨਾਂ ਨੂੰ ਚੋਣਾਂ ਵਿੱਚ ਭਾਗ ਲੈਣਾ ਚਾਹੀਦਾ, ਅਤੇ ਉਹਨਾਂ ਦੀ ਮੁੱਖ ਦਲੀਲ ਇਹ ਆ ਕਿ ਜਿਹੜੇ ਅੱਜ ਕਿਸਾਨਾਂ ਦੇ ਵਿਰੋਧੀ ਕਾਨੂੰਨ ਬਣਾਏ ਆ, ਉਹ ਕਾਨੂੰਨਾਂ ਦੀ ਵੈਧਤਾ ਇਸ ਗੱਲ 'ਤੇ ਆ ਕਿ ਭਾਈ ਇੱਕ ਪਾਰਟੀ ਜਿੱਤੀ, ਜਿੱਤ ਕੇ ਉਹਦੀ ਲੋਕ ਸਭਾ ਦੇ ਵਿੱਚ ਬਹੁ ਗਿਣਤੀ ਸੀ, ਬਹੁ ਸੰਮਤੀ ਸੀ, ਉਸ ਨੇ ਬਿੱਲ ਪਾਸ ਕਰ ਦਿੱਤੇ, ਇਸ ਕਰਕੇ ਬਿੱਲ ਕਾਨੂੰਨੀ ਤੌਰ 'ਤੇ ਵੈਧ ਨੇ, ਇਸ ਕਰਕੇ ਜਿਹੜੀ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਹੈ ਉਸ ਨੂੰ ਠੀਕ ਠਹਿਰਾਓਗੀ। ਜੇ ਅਸੀਂ ਇਹ ਸਰਕਾਰ ਕੋਲ ਮੰਗ ਰੱਖ ਕੇ ਦੇਖ ਲਈ ਕਿ ਇਹਨਾਂ ਕਾਨੂੰਨਾਂ ਨੂੰ ਤੁਸੀਂ ਬਦਲ ਦਿਓ, ਇਹਨਾਂ ਕਾਨੂੰਨਾਂ ਨੂੰ ਤੁਸੀਂ ਵਾਪਸ ਲੈ ਲਓ, ਪਰ ਜੇ ਉਹ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਸਾਡੇ ਕੋਲ ਹੋਰ ਕੀ ਰਾਹ ਰਹਿ ਜਾਂਦਾ ਕਿ ਅਸੀਂ ਇਹ ਸਰਕਾਰ ਬਦਲੀਏ ਅਤੇ ਬਦਲ ਕੇ ਫਿਰ ਇਹਨਾਂ ਕਾਨੂੰਨਾਂ ਨੂੰ ਰੱਦ ਕਰੀਏ। ਅਤੇ ਇਸ ਕਰਕੇ ਸਾਨੂੰ ਚੋਣਾਂ ਦੇ ਵਿੱਚ ਭਾਗ ਲੈਣਾ ਚਾਹੀਦਾ, ਇਹ ਉਹਨਾਂ ਦੀ ਪਹਿਲੀ ਦਲੀਲ ਹੈ। ਦੂਜੀ ਜਿਹੜੀ ਦਲੀਲ ਉਸ ਧਿਰ ਦੀ ਮੁੱਖ ਦਲੀਲ ਇਹ ਹੈਗੀ ਆ ਕਿ ਦੇਖੋ, ਚਾਹੇ ਅੱਜ ਭਾਰਤੀ ਜਨਤਾ ਪਾਰਟੀ ਹੈ ਅਤੇ ਭਾਵਾਂ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ, ਅਸਲ ਦੇ ਵਿੱਚ ਤਾਂ ਇਹਨਾਂ ਦੋਹਾਂ ਹੀ ਪਾਰਟੀਆਂ ਨੇ ਜਿਹੜੀਆਂ ਕੇਂਦਰ 'ਚ ਵਾਰੋ ਵਾਰੀ ਰਾਜ ਕਰਦੀਆਂ ਰਹੀਆਂ, ਇਹ ਕੋਈ ਕਿਸਾਨ ਪੱਖੀ ਪਾਰਟੀਆਂ ਨਹੀਂ ਆ। ਇਹਨਾਂ ਨੇ ਕਿਸਾਨਾਂ ਵਿਰੋਧੀ ਕਾਨੂੰਨ ਬਣਾਏ ਆ, ਜੇ ਕਿਸਾਨਾਂ ਸਿਰ ਕਰਜ਼ਾ ਚੜ੍ਹਿਆ ਤਾਂ ਉਹ ਲੰਮੇ ਸਮੇਂ ਤੋਂ ਕਰਜ਼ਾ ਚੜ੍ਹਿਆ, ਅਤੇ ਕਿਸਾਨਾਂ ਦੇ ਪੱਖੀ ਜੇ ਅਸੀਂ ਕਾਨੂੰਨ ਬਣਾਉਣਾ ਚਾਹੁੰਦੇ ਹਾਂ ਤਾਂ ਇਸ ਲਈ ਸਾਨੂੰ ਇਹਨਾਂ ਦੋਹਾਂ ਪਾਰਟੀਆਂ ਤੋਂ ਖਹਿੜਾ ਛਡਾਉਣਾ ਚਾਹੀਦਾ ਜਾਂ ਰਵਾਇਤੀ ਪਾਰਟੀਆਂ ਤੋਂ ਖਹਿੜਾ ਛਡਾਉਣਾ ਚਾਹੀਦਾ, ਤਾਂ ਉਸ ਹਾਲਤ ਦੇ ਵਿੱਚ ਸਾਨੂੰ ਚੋਣਾਂ ਲੜਨੀਆਂ ਚਾਹੀਦੀਆਂ। ਜਿਹੜੀ ਉਹਨਾਂ ਦੀ ਤੀਜੀ ਵੱਡੀ ਦਲੀਲ ਆ, ਉਹ ਦਲੀਲ ਇਸ ਗੱਲ ਨਾਲ ਸੰਬੰਧ ਰੱਖਦੀ ਆ ਕਿ ਪਹਿਲਾਂ ਵੀ ਅੰਦੋਲਨਾਂ ਦੇ ਵਿੱਚੋਂ ਪਾਰਟੀਆਂ ਬਾਹਰ ਆਈਆਂ, ਕਿਸੇ ਸਮੇਂ ਜੇ ਦੇਸ਼ ਦੀ ਆਜ਼ਾਦੀ ਦੀ ਲੜਾਈ ਚੱਲੀ ਤਾਂ ਉਹਦੇ ਵਿੱਚੋਂ ਕਾਂਗਰਸ ਪਾਰਟੀ ਦਾ ਜਨਮ ਹੋਇਆ, ਜੇ ਐਮਰਜੈਂਸੀ ਲੱਗੀ ਅਤੇ ਉਸ ਦਾ ਵਿਰੋਧ ਹੋਇਆ ਤਾਂ ਉਹਦੇ ਵਿੱਚੋਂ ਉਸ ਸਮੇਂ ਦੀ ਜਨਤਾ ਪਾਰਟੀ ਹੋਣ ਦੇ ਵਿੱਚ ਆਈ, ਉਸੇ ਦੇ ਵਿੱਚੋਂ ਹੀ ਫਿਰ ਬਾਅਦ ਦੇ ਵਿੱਚ ਜਿਹੜਾ ਪੁਰਾਣਾ ਜਨਸੰਘ ਉਹਦੇ ਵਿੱਚ ਸਮਿਲਿਤ ਹੋ ਗਈ ਸੀ, ਪਰ ਉਸ ਦਾ ਵਿਰੋਧ ਦਾ ਹਿੱਸਾ ਰਹੀ ਕਰਕੇ ਐਮਰਜੈਂਸੀ ਤੋਂ ਬਾਅਦ ਜਨਤਾ ਦਲ ਨੇ ਇੱਕ ਵਾਰੀ ਜਿਹੜੀ ਹੈਗੀ ਆ ਜਨਤਾ ਪਾਰਟੀ ਨੇ ਆਪਦੀ ਸੱਤਾ ਬਣਾਈ, ਉਹਦੇ ਵਿੱਚੋਂ ਹੀ ਦੁਬਾਰਾ ਭਾਰਤੀ ਜਨਤਾ ਪਾਰਟੀ ਨੇ ਵਿਕਾਸ ਕੀਤਾ। ਅੰਨਾ ਹਜ਼ਾਰੇ ਦਾ ਜਿਹੜਾ ਅੰਦੋਲਨ ਹੈਗਾ ਉਹਦੇ ਵਿੱਚੋਂ ਕੇਜਰੀਵਾਲ ਦੀ ਸਰਕਾਰ, ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨਿਕਲੀ, ਤਾਂ ਕਿਉਂ ਨਹੀਂ ਕਿਸਾਨ ਅੰਦੋਲਨ ਦੇ ਵਿੱਚੋਂ ਵੀ ਇੱਕ ਨਵੀਂ ਪਾਰਟੀ ਜਨਮ ਲੈਂਦੀ? ਤਾਂ ਇਹ ਉਹਨਾਂ ਦੀਆਂ ਦਲੀਲਾਂ ਨੇ ਕਿ ਅਸੀਂ ਰਾਜ ਸੱਤਾ ਦੇ ਬੜੇ ਨੇੜੇ ਹਾਂ, ਸਾਨੂੰ ਇਹਦਾ ਲਾਹਾ ਲੈਣਾ ਚਾਹੀਦਾ। ਸਾਰੇ ਜਿਹੜੇ ਵਰਗ ਨੇ ਉਹ ਇਸ ਵੇਲੇ ਕਿਸਾਨਾਂ ਨਾਲ ਹਮਦਰਦੀ ਰੱਖਦੇ ਆ, ਉਹਨਾਂ ਦੀਆਂ ਇਹ ਦਲੀਲਾਂ ਦੇ ਅਧੀਨ ਹੀ ਕਦੇ ਚੜੂਨੀ ਸਾਹਿਬ ਦਾ ਬਿਆਨ ਆ ਜਾਂਦਾ ਜਿਹਦਾ ਫਿਰ ਸਾਰੇ ਵਿਰੋਧ ਕਰਦੇ ਆ, ਕਦੇ ਕਿਸੇ ਨਾ ਕਿਸੇ ਹੋਰ ਰੂਪ ਦੇ ਵਿੱਚ ਟਕੈਤ ਦਾ ਬਿਆਨ ਆ ਜਾਂਦਾ। ਅਕਸਰ ਜਿਹੜੇ ਸੁਤੰਤਰ ਬੁੱਧੀਜੀਵੀ ਨੇ ਉਹ ਅਕਸਰ ਇਹ ਗੱਲ ਉਠਾਉਂਦੇ ਰਹਿੰਦੇ ਨੇ ਕਿ ਹਾਂ, ਕਿਸਾਨਾਂ ਨੂੰ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈ ਲੈਣਾ ਚਾਹੀਦਾ, ਇਹ ਯੋਗ ਮੌਕਾ ਹੈ, ਇਹ ਸਮੇਂ ਉਹਨਾਂ ਨੂੰ ਰਵਾਇਤੀ ਪਾਰਟੀਆਂ ਨੇ ਜਿਹੜਾ ਇੱਕ ਸਥਾਨ ਖਾਲੀ ਛੱਡਿਆ ਉਹਨੂੰ ਖਾਲੀ ਨਹੀਂ ਰੱਖਣਾ ਚਾਹੀਦਾ, ਉਹਨੂੰ ਭਰ ਦੇਣਾ ਚਾਹੀਦਾ, ਰਵਾਇਤੀ ਪਾਰਟੀਆਂ ਦੇ ਬਦਲ ਵਜੋਂ ਉਹਨਾਂ ਨੂੰ ਪੇਸ਼ ਹੋਣਾ ਚਾਹੀਦਾ। ਤਾਂ ਉਹ ਤਾਂ ਇਹ ਵੀ ਕਹਿੰਦੇ ਆ ਕਿ ਜਿਵੇਂ ਕਿਸਾਨਾਂ ਨੇ ਆਪਸ ਵਿੱਚ ਏਕਾ ਰੱਖਿਆ ਹੈਗਾ, ਚਾਹੇ 32 ਜਥੇਬੰਦੀਆਂ ਅਤੇ ਚਾਹੇ ਦੇਸ਼ ਭਰ ਦੀਆਂ 200 ਤੋਂ ਵੱਧ ਜਥੇਬੰਦੀਆਂ, ਉਹਨਾਂ ਨੇ ਏਕਤਾ ਬਣਾਈ ਆ, ਘੱਟੋ ਘੱਟ ਪ੍ਰੋਗਰਾਮ 'ਤੇ ਸਹਿਮਤੀ ਰੱਖੀ ਆ, ਸਾਰੇ ਸਰਕਾਰੀ ਪ੍ਰਚਾਰ ਤੰਤਰ ਦੇ ਪ੍ਰਚਾਰ ਦੇ ਬਾਵਜੂਦ ਉਹ ਡਟੇ ਹੋਏ ਆ, ਉਹਨਾਂ ਕੋਲ ਹੁਣ ਇੱਕ ਤਜ਼ਰਬਾ ਹੋ ਗਿਆ, ਹੋਰ ਵਰਗਾਂ ਦੀ ਜਿਵੇਂ ਉਹਨੂੰ ਸਪੋਰਟ ਮਿਲੀ ਆ, ਖਾਸ ਕਰਕੇ ਮਜ਼ਦੂਰਾਂ ਦੀ, ਜਿਵੇਂ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਲਾਇਆ ਜਾਂਦਾ, ਕਰਮਚਾਰੀਆਂ ਦੀ, ਕਿ ਜਿਹੜੇ ਲੋਕ ਹਾਸ਼ੀਏ 'ਤੇ ਧੱਕੇ ਜਾ ਰਹੇ ਆ, ਦਬਾਏ ਹੋਏ ਲੋਕ ਆ, ਜਿਹੜੇ ਸਰਕਾਰ ਦੇ ਸਤਾਏ ਹੋਏ ਲੋਕ ਆ, ਸਾਰੇ ਵਰਗਾਂ ਨੂੰ ਨਾਲ ਲੈ ਕੇ ਚੋਣ ਲੜਨੀ ਚਾਹੀਦੀ ਆ।
ਜਿਹੜਾ ਦੂਜਾ ਪੱਖ ਆ ਉਹ ਵੀ ਓਨਾ ਹੀ ਮਹੱਤਵਪੂਰਨ ਆ। ਉਹਨਾਂ ਦੀ ਜਿਹੜੀ ਸਭ ਤੋਂ ਪਹਿਲੀ ਅਤੇ ਵੱਡੀ ਦਲੀਲ ਇਹ ਆ ਕਿ ਦੇਖੋ ਅਸੀਂ ਇੱਕ ਵਰਗ ਦੀ ਇੱਕ ਤਬਕੇ ਦੀ ਮੰਗ ਲੈ ਕੇ ਅੱਗੇ ਆਏ ਸੀ, ਸਾਨੂੰ ਇਸ ਤਰ੍ਹਾਂ ਜੇ ਅਸੀਂ ਚੋਣਾਂ 'ਚ ਹਿੱਸਾ ਲਵਾਂਗੇ ਤਾਂ ਸਾਨੂੰ ਇਸ ਦਾ ਨੁਕਸਾਨ ਉਠਾਉਣਾ ਪਊਗਾ। ਲੋਕ ਕਹਿਣਗੇ ਕਿ ਇਹ ਵੀ ਹੋਰ ਪਾਰਟੀਆਂ ਵਾਂਗ ਸੱਤਾ 'ਤੇ ਹੀ ਕਬਜ਼ਾ ਕਰਨਾ ਚਾਹੁੰਦੇ ਸੀ, ਇਸ ਕਰਕੇ ਸਾਨੂੰ ਇਸ ਰਾਹ ਨਹੀਂ ਪੈਣਾ ਚਾਹੀਦਾ। ਵਾਰ ਵਾਰ ਅਜਿਹੇ ਬਿਆਨ ਆ ਜਿਹੜੇ ਉਹ ਜੋਗਿੰਦਰ ਸਿੰਘ ਅਗਰਾਹਾਂ ਦੇ ਅਤੇ ਰਾਜੇਵਾਲ ਦੇ ਅਤੇ ਹੋਰ ਨੇਤਾਵਾਂ ਦੇ ਆਉਂਦੇ ਰਹਿੰਦੇ ਆ। ਦੂਜੀ ਜਿਹੜੀ ਗੱਲ ਹੈਗੀ ਆ ਕਿ ਕਿਤੇ ਨਾ ਕਿਤੇ ਇਹ ਗੱਲ ਦਾ ਵੀ ਡਰ ਪਿਆ, ਜਾਂ ਕਹਿ ਲਓ ਕਿ ਇਹ ਗੱਲ ਸੱਚੀ ਆ ਕਿ ਕਿਸਾਨ ਜਦੋਂ ਇੱਕ ਪਾਰਟੀ ਬਣ ਕੇ ਚੋਣਾਂ ਲੜਨਗੇ ਕੀ ਜਿਹੜੀਆਂ ਬਾਕੀ ਧਿਰਾਂ ਨੇ, ਕੀ ਜਿਹੜੀਆਂ ਬਾਕੀ ਧਿਰਾਂ ਨੇ, ਚਾਹੇ ਉਹ ਮਜ਼ਦੂਰ ਨੇ, ਚਾਹੇ ਉਹ ਮੁਲਾਜ਼ਮ ਨੇ, ਚਾਹੇ ਉਹ ਦਸਤਕਾਰ ਨੇ, ਚਾਹੇ ਉਹ ਦੁਕਾਨਦਾਰ ਨੇ, ਚਾਹੇ ਉਹ ਛੋਟੇ ਵਪਾਰੀ ਨੇ, ਕੀ ਉਹ ਕਿਸਾਨਾਂ ਨੂੰ ਫਿਰ ਵੀ ਵੋਟ ਪਾਉਣਗੇ? ਕੀ ਉਹ ਫਿਰ ਵੀ ਕਿਸਾਨਾਂ ਦੇ ਨਾਲ ਚੱਲਣਗੇ? ਇਸ 'ਚੋਂ ਕੀ ਜਿਹੜੀਆਂ ਹੁਣ ਤੱਕ ਰਵਾਇਤੀ ਪਾਰਟੀਆਂ, ਸਿਰਫ ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਛੱਡ ਕੇ, ਹੁਣ ਤਾਂ ਕਹਿ ਲਓ ਕਿ ਕੋਈ ਸਹਿਯੋਗੀ ਪਾਰਟੀ ਪੰਜਾਬ ਦੇ ਵਿੱਚ ਤਾਂ ਉਸ ਤਰ੍ਹਾਂ ਰਹੀ ਨਹੀਂ, ਪਰ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਸਾਰੀਆਂ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੀਆਂ। ਇਸ ਕਰਕੇ ਹਮਾਇਤ ਕਰ ਰਹੀਆਂ ਕਿ ਇਹਨਾਂ ਨੇ ਕਿਹੜਾ ਚੋਣਾਂ ਵਿੱਚ ਭਾਗ ਲੈਣਾ? ਜੇ ਉਹਨਾਂ ਪਾਰਟੀਆਂ ਦੀ ਸ਼ਰੀਕ ਬਣ ਗਈ ਤਾਂ ਕੀ ਉਹ ਪਾਰਟੀਆਂ ਆਪਣੇ ਕਾਡਰ ਨੂੰ ਪਿੱਛੇ ਨਹੀਂ ਹਟਾ ਲੈਣਗੀਆਂ, ਆਪਣੇ ਸਮਰਥਕਾਂ ਨੂੰ ਪਿੱਛੇ ਨਹੀਂ ਹਟਾ ਲੈਣਗੀਆਂ? ਕੀ ਇਹਦੇ ਨਾਲ ਕਿਸਾਨੀ ਅੰਦੋਲਨ ਖਿੰਡ ਪੁੰਡ ਤਾਂ ਨਹੀਂ ਜਾਊਗਾ? ਔਰ ਇਹਦੇ ਨਾਲ ਇੱਕ ਜੁੜਿਆ ਹੋਇਆ ਹੋਰ ਸਵਾਲ ਆ ਕਿ ਇਸ ਮੋਰਚੇ ਵਿੱਚ ਸ਼ਾਮਲ ਜਿੱਥੇ ਕੁਝ ਧਿਰਾਂ ਦੀਆਂ ਜਿਹੜੀਆਂ ਮੂਲ ਵਿਚਾਰਧਾਰਾ ਹੈ ਉਹ ਇਹ ਹੈ ਕਿ ਅਸੀਂ ਚੋਣਾਂ ਲੜਨੀਆਂ ਹੀ ਨਹੀਂ ਲੰਮੇ ਸਮੇਂ ਤੋਂ, ਅਤੇ ਦੂਜੇ ਪਾਸੇ ਕੁਝ ਧਿਰਾਂ ਅਜਿਹੀਆਂ ਕਿ ਜਿਹੜੀਆਂ ਚੋਣਾਂ ਲੜਦੀਆਂ ਨੇ। ਪੰਜਾਬ ਦੇ ਵਿੱਚ CPI, CPM, CPML ਦੇ ਕੁਝ ਧੜੇ, ਪਾਸਲਾ ਧੜਾ ਜਗਜੀਤ ਸਿੰਘ ਲਾਲਪੁਰੀ ਦਾ ਪੁਰਾਣਾ ਜਿਹੜਾ ਪਾਰਟੀ ਦਾ ਧੜਾ ਸੀਗਾ, ਉਹ ਸਾਰੀਆਂ ਪਾਰਟੀਆਂ ਚੋਣਾਂ ਲੜਦੀਆਂ, ਉਹਨਾਂ ਦੇ ਕਿਸਾਨ ਵਿੰਗ ਇਸ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨੇ। ਕੀ ਉਹ ਚੋਣਾਂ ਲੜਨ ਦੇ ਹੱਕ ਵਿੱਚ ਨੇ? ਪਰ ਕੀ ਉਹ ਕਿਸਾਨ ਅੰਦੋਲਨ ਦੇ ਨਾਂ ਥੱਲੇ ਹੁਣ ਕੋਈ ਨਵੀਂ ਪਾਰਟੀ ਬਣਾ ਕੇ ਉਸ ਨੂੰ ਜੁਆਇਨ ਕਰਨਗੀਆਂ, ਜਾਂ ਆਪਣੀ ਮਾਂ ਪਾਰਟੀ ਨਾਲ ਜੁੜੀਆਂ ਰਹਿਣਗੀਆਂ? ਅਤੇ ਸਭ ਤੋਂ ਵੱਡੀ ਗੱਲ ਕਿ ਜਦੋਂ ਕਿਸਾਨਾਂ ਨੇ ਇੱਕ ਧਿਰ ਵਜੋਂ ਮੋਰਚੇ 'ਚੋਂ ਧਿਰ ਵਜੋਂ ਬਣ ਕੇ ਚੋਣਾਂ ਲੜਨ ਦਾ ਐਲਾਨ ਕੀਤਾ ਤਾਂ ਕੀ ਉਹਨਾਂ 'ਚ ਆਪਸੀ ਏਕਤਾ ਰਹੂਗੀ? ਆਖਰ ਮੁੱਖ ਮੰਤਰੀ ਲਈ ਰੌਲੇ ਤਾਂ ਨਹੀਂ ਪੈਣਗੇ? ਕੀ ਫਿਰ ਇਹ ਕਿ ਮੇਰੀ ਜਥੇਬੰਦੀ ਨੂੰ ਵੱਧ ਟਿਕਟਾਂ ਦਿਓ, ਇਹ ਰੌਲਾ ਤਾਂ ਨਹੀਂ ਪਊਗਾ? ਕੀ ਉਹਦੇ ਨਾਲ ਏਕਤਾ ਖੰਡਿਤ ਤਾਂ ਨਹੀਂ ਹੋਜੂਗੀ? ਕੀ ਇਹੋ ਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ। ਕੀ ਬਾਕੀ ਵਰਗ ਸਾਰੇ ਨਾਲ ਤੁਰ ਸਕਣਗੇ ਕਿ ਨਹੀਂ ਤੁਰ ਸਕਣਗੇ? ਦੇਖੋ, ਚੋਣਾਂ ਦਾ ਸਮਾਂ ਥੋੜ੍ਹਾ ਰਹਿੰਦਾ ਜਾ ਰਿਹਾ, ਉਸ ਹਾਲਾਤ ਦੇ ਵਿੱਚ ਕਿਸਾਨਾਂ ਨੂੰ ਕੁਝ ਨਾ ਕੁਝ ਤਾਂ ਫੈਸਲਾ ਕਰਨਾ ਪਊਗਾ, ਕਿਉਂਕਿ ਬਹੁਤ ਸਾਰੇ ਲੋਕ ਇਸ ਗੱਲ ਨੂੰ ਵੀ ਸੋਚ ਰਹੇ ਆ ਕਿ ਇਹ ਵੀ ਕੀ ਗੱਲ ਹੋਈ ਕਿ ਅਸੀਂ ਸਾਡੇ ਕਾਨੂੰਨ ਵਾਪਸ ਨਹੀਂ ਹੋਏਗੇ, ਅਸੀਂ ਜਿਹੜਾ ਹੁਣ ਜਿਸ ਦਿਨ ਚੋਣਾਂ ਆਈਆਂ ਅਤੇ ਵੋਟਾਂ ਪਾਉਣੀਆਂ ਹੋਈਆਂ ਤਾਂ ਵੋਟਾਂ ਫਿਰ ਅਸੀਂ ਪਾਵਾਂਗੇ ਕਿਹਨੂੰ? ਫਿਰ ਕੀ ਅਸੀਂ, ਮੰਨ ਲਓ ਪੰਜਾਬ ਦਾ ਕਿਸਾਨ ਅਕਸਰ ਹੀ ਇਹ ਸਵਾਲ ਪੁੱਛਦਾ ਕਿ ਕੀ ਮੈਂ ਫਿਰ ਭਾਰਤੀ ਕਿਸਾਨ ਯੂਨੀਅਨ ਨੂੰ ਵੋਟ ਪਾ ਦਾਂ? ਨਹੀਂ। ਫਿਰ ਮੈਂ ਕੀ ਕਾਂਗਰਸ ਨੂੰ ਵੋਟ ਪਾ ਦਾਂ ਜਿਹੜੀ ਇਸ ਨਾਅਰੇ ਦੇ ਅਧੀਨ ਹੋਣ ਚਾਹੀ ਸੀ ਕਿ ਮੈਂ ਕਿਸਾਨੀ ਕਰਜ਼ੇ 'ਤੇ ਲੀਕ ਮਾਰਾਂਗਾ ਪਰ ਅੱਜ ਤੱਕ ਲੀਕ ਨਹੀਂ ਮਾਰੀ? ਕੀ ਮੈਂ ਉਸ ਅਕਾਲੀ ਦਲ ਨੂੰ ਵੋਟ ਪਾ ਦਾਂ ਜਿਹਨੇ ਪਹਿਲਾਂ ਇਹਨਾਂ ਬਿੱਲਾਂ ਦਾ ਸਮਰਥਨ ਕਰਿਆ ਸੀ, ਭਾਵਾਂ ਬਾਅਦ ਦੇ ਵਿੱਚ ਲੋਕਾਂ ਦੇ ਵਿਰੋਧ ਦੇ ਬਾਵਜੂਦ ਫਿਰ ਉਹਨਾਂ ਨੇ ਵਾਪਸ ਲੈ ਲਿਆ? ਕੀ ਮੈਂ ਕਿਹਨੂੰ ਵੋਟ ਪਾਵਾਂ? ਤਾਂ ਉਹਦੇ ਮੂਹਰੇ ਇਹ ਹੈ ਕਿ ਵੀ ਫਿਰ ਜੇ ਖੁੱਲ੍ਹਾ ਛੱਡ ਦਿੱਤਾ ਗਿਆ ਤਾਂ ਵੋਟ ਕਿਹਨੂੰ ਪਾਈ? ਕੀ ਇਹਦੇ ਨਾਲ ਮੋਰਚਾ ਫੇਲ ਤਾਂ ਨਹੀਂ ਹੋਜੂਗਾ? ਜਾਂ ਦੂਜੇ ਪਾਸੇ ਇਹ ਦਲੀਲ ਹੈ ਕਿ ਮੋਰਚੇ ਨੇ ਫੇਲ ਕੀ ਹੋਣਾ? ਜਿਹੜੀ ਵੀ ਸਰਕਾਰ ਹੋਈ ਉਹਦੇ ਖਿਲਾਫ਼ ਮੋਰਚਾ ਚੱਲਦਾ ਰਹੂਗਾ ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਪਰ ਇਹਨੂੰ ਜਿਹਨੂੰ ਕਹਿੰਦੇ ਆ ਵੋਟਾਂ ਦੀ ਦਲਦਲ ਵਿੱਚ ਨਹੀਂ ਧੱਸਣਾ ਚਾਹੀਦਾ। ਇਹ ਬੜੇ ਸਵਾਲ ਗੁੰਝਲਦਾਰ ਨੇ। ਮੈਨੂੰ ਲੱਗਦਾ ਕਿ ਸਾਰੇ ਪੰਜਾਬ ਨੂੰ ਇਹਦੇ 'ਤੇ ਮੰਥਨ ਕਰਨਾ ਚਾਹੀਦਾ, ਪਿੰਡ ਪੱਧਰ 'ਤੇ ਇਹਦੇ 'ਤੇ ਬਹਿਸ ਹੋਣੀ ਚਾਹੀਦੀ ਹੈ, ਪਰ ਇਹਦਾ ਨਿਰਣਾ ਛੇਤੀ ਹੋ ਜਾਣਾ ਚਾਹੀਦਾ ਕਿ ਕੀ ਕਿਸਾਨਾਂ ਨੇ ਇੱਕ ਧਿਰ ਬਣ ਕੇ ਵੋਟਾਂ ਵਿੱਚ ਹਿੱਸਾ ਲੈਣਾ ਕਿ ਨਹੀਂ ਲੈਣਾ। ਅਤੇ ਜੇ ਕਿਸਾਨਾਂ ਨੇ ਵੋਟਾਂ 'ਚ ਹਿੱਸਾ ਲੈਣਾ ਤਾਂ ਨਿਸ਼ਚੇ ਹੀ ਉਹਨਾਂ ਨੂੰ ਆਪਣਾ ਘੱਟੋ ਘੱਟ ਜਿਹੜਾ ਪ੍ਰੋਗਰਾਮ ਆ, ਸਿਰਫ ਖੇਤੀ ਬਿੱਲ ਵਾਪਸ ਕਰਾਉਣਾ ਹੀ ਨਹੀਂ, ਸਿਰਫ ਬਿਜਲੀ ਬਿੱਲ ਵਾਪਸ ਕਰਾਉਣਾ ਹੀ ਨਹੀਂ, ਸਿਰਫ ਪਰਾਲੀ ਸਾੜਨਾ ਹੀ ਨਹੀਂ, ਫਿਰ ਉਹਨਾਂ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਸ਼ਾਮਿਲ ਕਰਨੀਆਂ ਪੈਣਗੀਆਂ ਕਿ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ, ਜਿਹੜੇ ਕੱਚੇ ਮੁਲਾਜ਼ਮ ਨੇ, ਸਰਕਾਰੀ ਸੈਕਟਰ ਜਿਹੜਾ ਸੰਗੇੜਿਆ ਜਾ ਰਿਹਾ ਉਹ ਨਾ ਸੰਗੇੜਿਆ ਜਾਵੇ,
ਫਿਰ ਉਹਨਾਂ ਨੂੰ ਦੁਕਾਨਦਾਰਾਂ ਦੀਆਂ ਮੰਗਾਂ ਵੀ ਉਠਾਉਣੀਆਂ ਪੈਣਗੀਆਂ ਕਿ ਜਿਵੇਂ ਦੁਕਾਨਦਾਰਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਹੋ ਰਿਹਾ, ਖਾਸ ਕਰਕੇ ਛੋਟੇ ਦੁਕਾਨਦਾਰਾਂ ਨੂੰ ਜਿਹੜੀਆਂ ਵੱਡੀਆਂ ਮਾਲਾਂ ਜਿਹੜੀਆਂ ਉਹ ਘੇਰ ਕੇ ਮਾਰ ਰਹੀਆਂ, ਉਹਨਾਂ ਦਾ ਖਿਆਲ ਵੀ ਰੱਖਣਾ ਪਊਗਾ, ਉਹਨਾਂ ਨੂੰ ਫਿਰ ਮਜ਼ਦੂਰਾਂ ਦਾ ਖਿਆਲ ਵੀ ਰੱਖਣਾ ਪਊਗਾ ਅਤੇ ਹੋਰ ਜਿਹੜੇ ਵਰਗ ਨੇ ਉਹਨਾਂ ਦਾ ਖਿਆਲ ਵੀ ਰੱਖਣਾ ਪਊਗਾ ਅਤੇ ਉਹਨਾਂ ਨੂੰ ਇੱਕ ਬਰੋਡ ਬੇਸ ਆਪਦਾ ਮੈਨੀਫੈਸਟੋ ਵੀ ਬਣਾਉਣਾ ਪਊਗਾ ਅਤੇ ਉਸ ਨੂੰ ਫਿਰ ਇੱਕ ਪਾਰਟੀ ਵਜੋਂ ਰਜਿਸਟਰ ਕਰਾਉਣਾ ਅਤੇ ਆਪਣੀਆਂ ਧਿਰਾਂ ਖੁਰ ਨਾ ਜਾਣ ਜਾਂ ਕਾਡਰ ਆਪਣੀ ਮਾਂ ਪਾਰਟੀ ਵੱਲ ਮੁੜ ਨਾ ਜਾਵੇ ਕਿ ਜਿਹਦੇ ਵੀ ਉਹ ਕਦੇ ਹਿੱਸਾ ਰਹੇ ਨੇ। ਇਸ ਸਥਿਤੀ ਦੇ ਵਿੱਚ ਕਿਸਾਨਾਂ ਦੇ ਸਾਹਮਣੇ ਇੱਕ ਵੱਡੀਆਂ ਦੁਸ਼ਵਾਰੀਆਂ ਨੇ। ਇਸ ਗੱਲ ਦੀ ਵੀ ਸੰਭਾਵਨਾ ਪਈ ਆ ਕਿ ਕਿਤੇ ਮੋਰਚੇ ਵਿੱਚ ਫੁੱਟਣਾ ਪੈ ਜਾਵੇ ਕਿ ਇੱਕ ਧਿਰਾਂ ਜਿਹੜੀ ਉਹ ਬਾਈਕਾਟੀਆਂ ਦੀ ਹੋ ਜਾਵੇ ਅਤੇ ਇੱਕ ਧਿਰਾਂ ਜਿਹੜੀ ਇਲੈਕਸ਼ਨ ਲੜਨ ਵਾਲੀ ਹੋ ਜਾਵੇ। ਪਹਿਲਾਂ ਵੀ ਅਸੀਂ ਬਾਈਕਾਟ ਦਾ ਇੱਕ ਆਨੰਦ ਲੈ ਚੁੱਕੇ ਹੈਗੇ ਹਾਂ, ਬਿਆਨ ਸਿੰਘ ਦੀ ਜਦੋਂ ਗੌਰਮੈਂਟ ਬਣਾਈ ਸੀ ਘੱਟ ਗਿਣਤੀ ਵੋਟਾਂ ਪਈਆਂ ਸੀ ਪਰ ਇਸ ਦੇ ਬਾਵਜੂਦ ਸਰਕਾਰ ਬਣ ਗਈ ਸੀ। ਕੀ ਇਹ ਤਾਂ ਨਹੀਂ ਹੋਊਗਾ ਕਿ ਬਾਈਕਾਟ ਦਾ ਅਸੀਂ ਨਾਰਾ ਲਾਈ ਜਾਈਏ ਸਰਕਾਰਾਂ ਉਵੇਂ ਤਾਂ ਚੱਲਦੀਆਂ ਰਹਿਣ? ਇਹ ਬਹੁਤ ਗੁੰਝਲਦਾਰ ਮਸਲੇ ਨੇ, ਇਹਦੇ ਬਾਰੇ ਇੱਕ ਵੱਡਾ ਮੰਥਨ ਕਰਨ ਦੀ ਜ਼ਰੂਰਤ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਆਪਣੇ ਵੱਲੋਂ ਕੋਈ ਨਿਰਣਾ ਨਹੀਂ ਦੇ ਰਿਹਾ, ਪਰ ਇੱਕ ਗੱਲ ਜ਼ਰੂਰ ਹੈਗੀ ਆ ਕਿ ਚਾਹੇ ਉਹ ਬੁੱਧੀਜੀਵੀ ਸਰਕਲ ਆ ਅਤੇ ਚਾਹੇ ਪਿੰਡ ਦੀ ਸੱਥ ਆ ਅਤੇ ਚਾਹੇ ਕਿਸਾਨ ਨੇਤਾ ਚਾਹੇ ਮਜ਼ਦੂਰ ਆ ਚਾਹੇ ਦੁਕਾਨਦਾਰ ਆ, ਸਭ ਨੂੰ ਇਸ ਮਸਲੇ 'ਤੇ ਸੋਚਣਾ ਅਵੱਸ਼ ਚਾਹੀਦਾ ਕਿ ਕੀ ਕਿਸਾਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਜਾਂ ਨਹੀਂ ਲੜਨੀਆਂ ਚਾਹੀਦੀਆਂ। ਧੰਨਵਾਦ।